ਕੁੱਤਿਆਂ ਦੇ ਨਾਮ ਜ਼ਮੀਨ ਹੈ ਔਰ ਜਿਹੜੀ ਹੈਗੀ ਹੈ ਠੀਕ ਹੈ ਸਮਾਂ ਪਹਿਲਾਂ ਕੁੱਤਿਆਂ ਨੂੰ ਰੁੱਕਾ ਮਾਰਿਆ ਜਾਂਦਾ ਭੋਜਨ ਬਣਾ ਕੇ ਉਸ ਤੋਂ ਬਾਅਦ ਜਿਹੜੀ ਹੈਗੀ ਆਪਣੀ ਪੰਗਤ ਲੱਗਦੀ ਹੈ ਜੀ ਤੁਸੀਂ ਸਾਧੂ ਸੰਤਾਂ ਦੇ ਡੇਰੇ ਤਾਂ ਸੁਨੇ ਹੋਣਗੇ ਪਰ ਕਦੇ ਕੋਈ ਕੁੱਤਿਆਂ ਦਾ ਡੇਰਾ ਸੁਣਿਆ ਹੈ ਜੇ ਨਹੀਂ ਸੁਣਿਆ ਤਾਂ ਇਸ ਰਿਪੋਰਟ ਜ਼ਰੀਏ ਅੱਜ ਅਸੀਂ ਤੁਹਾਨੂੰ ਖਾਨਪੁਰ ਪਿੰਡ ਵਿੱਚ ਬਣੇ ਕੁੱਤਿਆਂ ਦੇ ਡੇਰੇ ਬਾਰੇ ਦੱਸਣ ਜਾ ਰਹੇ ਹਾਂ ਪਟਿਆਲੇ ਜ਼ਿਲ੍ਹੇ ਦਾ ਪਿੰਡ ਖਾਨਪੁਰ ਇੱਥੇ ਬਣੇ ਕੁੱਤਿਆਂ ਦੇ ਡੇਰੇ ਕਰਕੇ ਮਸ਼ਹੂਰ ਹੈ ਡੇਰੇ ਦੇ ਚਾਰੇ ਪਾਸੇ ਨਜ਼ਰ ਮਾਰਨ ਤੇ ਕੁੱਤੇ ਹੀ ਕੁੱਤੇ ਦਿਖਾਈ ਦਿੰਦੇ ਹਨ ਪਿੰਡ ਦੀ ਲਗਭਗ 165 ਬੀਘੇ ਜ਼ਮੀਨ ਕੁੱਤਿਆਂ ਦੇ ਨਾਂ ਹੋਣ ਕਾਰਨ ਉਸ ਤੋਂ ਹੋਣ ਵਾਲੀ ਆਮਦਨ ਨਾਲ ਡੇਰੇ ਦਾ ਖਰਚ ਚੱਲਦਾ ਹੈ ਤੇ ਇਹ ਸਾਰੇ ਪੈਸੇ ਕੁੱਤਿਆਂ ਤੇ ਖਰਚ ਕੀਤੇ ਜਾਂਦੇ ਹਨ ਡੇਰੇ ਦੇ ਮੁੱਖ ਸੇਵਾਦਾਰ ਦੇ ਦੱਸਣ ਮੁਤਾਬਿਕ ਪੁਰਾਣੇ ਸਮੇਂ ਸੰਤ ਭਗਵਾਨ ਗਿਰੀ ਇੱਥੇ ਜੰਗਲਾਂ ਵਿੱਚ ਤਪੱਸਿਆ ਕਰਦੇ ਸਨ ਇਸ ਦੌਰਾਨ ਬਾਬਾ ਆਲਾ ਸਿੰਘ ਨੇ ਪਟਿਆਲਾ ਰਿਆਸਤ ਦਾ ਮੁੱਢ ਬੰਨਣ ਤੋਂ ਬਾਅਦ ਸੰਤ ਭਗਵਾਨ ਗਿਰੀ ਤੋਂ ਆਸ਼ੀਰਵਾਦ ਲਿਆ ਤੇ ਕੁਝ ਪਿੰਡਾਂ ਦੀ ਜ਼ਮੀਨ ਉਹਨਾਂ ਦੇ ਨਾਂ ਕਰਨ ਦੀ ਇੱਛਾ ਪ੍ਰਗਟ ਕੀਤੀ ਪਰ ਭਗਵਾਨ ਗਿਰੀ ਨੇ ਖੁਦ ਨੂੰ ਸੰਨਿਆਸੀ ਦੱਸਦੇ ਹੋਏ ਜ਼ਮੀਨ ਲੈਣ ਤੋਂ ਇਨਕਾਰ ਕਰ ਦਿੱਤਾ ਇਸ ਦੌਰਾਨ ਜ਼ਮੀਨ ਵਾਲੇ ਕਾਗਜ਼ ਬਾਬਾ ਆਲਾ ਸਿੰਘ ਨੇ ਧੂਣੀ ਕੋਲ ਰੱਖ ਦਿੱਤੇ ਸਨ ਜੋ ਕਿ ਅੱਗ ਲੱਗਣ ਨਾਲ ਸੜ ਗਏ ਪਰ ਉਹਨਾਂ ਵਿੱਚੋਂ ਕੁਝ ਕਾਗਜ਼ ਬਚ ਗਏ ਸਨ ਜਿਨ੍ਹਾਂ ਤੇ 165 ਬਿੱਘੇ ਜ਼ਮੀਨ ਲਿਖੀ ਹੋਈ ਸੀ ਇਸ ਤੋਂ ਬਾਅਦ ਸੰਤ ਨੇ ਕਿਹਾ ਕਿ ਜੇਕਰ ਇਹ ਜ਼ਮੀਨ ਕਿਸੇ ਡੇਰੇ ਦੇ ਨਾਂ ਜਾਂ ਇਨਸਾਨ ਦੇ ਨਾਂ ਰਹੇਗੀ ਤਾਂ ਉਸਦੇ ਮਨ ਵਿੱਚ ਲਾਲਚ ਆ ਜਾਵੇਗਾ ਇਸ ਲਈ ਉਹਨਾਂ ਨੇ ਆਦੇਸ਼ ਦਿੱਤਾ ਕਿ ਅੱਜ ਤੋਂ ਬਾਅਦ ਇਹ ਜ਼ਮੀਨ ਇੱਥੋਂ ਦੇ ਦਰਵੇਸ਼ ਭਾਵ ਕੁੱਤਿਆਂ ਦੀ ਹੋਵੇਗੀ ਉਹਨਾਂ ਜ਼ਮੀਨ ਤੋਂ ਹੋਣ ਵਾਲੀ ਆਮਦਨ ਨਾਲ ਕੁੱਤਿਆਂ ਨੂੰ ਭੋਜਨ ਕਰਵਾਇਆ ਜਾਵੇਗਾ ਰੋਟੀ ਪਰੰਪਰਾ ਚੱਲੀ ਆ ਰਹੀ ਹੈ ਸ਼ੁਰੂ ਸੇ ਹੀ ਪਹਿਲਾਂ ਦਰਵੇਸ਼ਾਂ ਨੂੰ ਪਾਈ ਜੂਗੀ ਫਿਰ ਆਇਆ ਗਿਆ ਕੋਈ ਸਾਧੂ ਮਹਾਤਮਾ ਜੋ ਵੀ ਆਪਣੀ ਸੰਗਤ ਹੈ ਫਿਰ ਸਭ ਨੂੰ ਚੁਕਾਇਆ ਜਾਊ ਹਾਂ ਮਹਾਤਮਾ ਪਹਿਲਾਂ ਮਹਾਤਮਾ ਨੇ ਆਪਣੇ ਨਾਂ ਨਹੀਂ ਕਰਵਾਏ ਦਰਵੇਸ਼ਾ ਕੇ ਨਾਂ ਕਰ ਦੇ ਸੀ ਹਾਂਜੀ ਪਹਿਲਾਂ ਇਹਨਾਂ ਨੂੰ ਭੋਗ ਲੱਗੇਗਾ ਫਿਰ ਆਈ ਗਈ ਸੰਗਤ ਨੂੰ ਮਿਲੋ ਕਿੰਨੇ ਦਸ ਬਾਰਾਂ ਪਿੰਡ ਆਉਂਦੇ ਹਾਂਜੀ ਹਾਂ ਬਾਕੀ ਖਬਰਾਂ ਜਿੱਥੇ ਜਾਂਦੀ ਆਉਂਦੇ ਰਹਿੰਦੇ ਆ ਉਸ ਸਮੇਂ ਤੋਂ ਬਾਅਦ ਡੇਰੇ ਦੀ ਇਹ ਜ਼ਮੀਨ ਕੁੱਤਿਆਂ ਦੇ ਨਾਂ ਹੈ ਡੇਰਾ ਪ੍ਰਬੰਧਕਾਂ ਵੱਲੋਂ ਇਸ ਜ਼ਮੀਨ ਨੂੰ ਖੇਤੀ ਲਈ ਠੇਕੇ ਤੇ ਦੇ ਦਿੱਤਾ ਗਿਆ ਤੇ ਇਸ ਤੋਂ ਹੋਣ ਵਾਲੀ ਆਮਦਨ ਨਾਲ ਡੇਰੇ ਦਾ ਖਰਚ ਚੱਲਦਾ ਹੈ ਇਸ ਦਾ ਇਤਿਹਾਸ ਇਸ ਤਰ੍ਹਾਂ ਜੀ ਦੇਖੋ ਕੁੱਤਿਆਂ ਦੇ ਨਾਮ ਜ਼ਮੀਨ ਹੈ ਔਰ ਜਿਹੜੀ ਹੈਗੀ ਹੈ ਠੀਕ ਹੈ ਸਮਾਂ ਪਹਿਲਾਂ ਕੁੱਤਿਆਂ ਨੂੰ ਰੁੱਕਾ ਮਾਰਿਆ ਜਾਂਦਾ ਭੋਜਨ ਬਣਾ ਕੇ ਉਸ ਤੋਂ ਬਾਅਦ ਜਿਹੜੀ ਹੈਗੀ ਆਪਣੀ ਪੰਗਤ ਲੱਗਦੀ ਹੈ ਜੀ ਠੀਕ ਹੈ ਜੀ ਬਾਕੀ ਮਹੰਤ ਬਾਬਾ ਅਜੇ ਗਿਰ ਜੀ ਹੈਗੇ ਜੀ ਮੁੱਖ ਸੇਵਾਦਾਰ ਹੈ ਤਾਂ ਉਹ ਆਪਣੀ ਸੇਵਾ ਬਹੁਤ ਵਧੀਆ ਇਮਾਨਦਾਰੀ ਨਾਲ ਨਿਭਾ ਰਹੇ ਹਾਂ ਜੀ ਹਾਂਜੀ ਹਾਂਜੀ ਬਾਬਾ ਆਲਾ ਸਿੰਘ ਨੇ ਜੀ ਜਦ ਤਾਂ ਬਾਬਾ ਭਗਵਾਨ ਗਿਰ ਜੀ ਸੀਗੇ ਜੀ ਜੋ ਪਹਿਲਾਂ ਹੀ ਸ਼ੁਰੂ ਕੇ ਮਹੰਤ ਹੈ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਇਹੀ ਪਰੰਪਰਾ ਚੱਲੀ ਆ ਰਹੀ ਹੈ ਜੀ ਇਹਨਾਂ ਦੀ ਜ਼ਮੀਨ ਹੈਗੀ ਹੈ ਜੀ ਹੁਣ 160-165 ਬਿੱਘੇ ਹੋਊ ਜੀ ਲਗਭਗ ਨਹੀਂ ਪਹਿਲਾਂ ਮਤਲਬ ਭੋਜਨ ਤਿਆਰ ਕਰਕੇ ਉਸਕੇ ਟੁਕੜੇ ਕਰਕੇ ਥੋੜ੍ਹੇ ਬਰੀਕ ਕਰਕੇ ਉਹ ਚੌਂਦਰਾ ਜੀ ਦਰਵੇਸ਼ਾਂ ਨੂੰ ਕੁੱਤਿਆਂ ਨੂੰ ਰੁੱਕਾ ਮਾਰਿਆ ਜਾਂਦਾ ਤਾਂ ਉਸ ਤੋਂ ਬਾਅਦ ਕੁੱਤਿਆਂ ਨੂੰ ਭੋਜਨ ਵਰਤਾ ਕੇ ਤਾਂ ਫਿਰ ਅੰਦਰ ਪੰਗਤ ਲੱਗਦੀ ਹੈ ਜੀ ਤਾਂ ਉਸ ਪੰਗਤ ਦੇ ਵਿੱਚ ਕੋਈ ਵੀ ਆਉਣੇ ਜਾਣੇ ਵਾਲਾ ਕੋਈ ਰਾਹਗੀਰ ਕੋਈ ਵੀ ਮਤਲਬ ਆ ਕੇ ਪ੍ਰਸ਼ਾਦਾ ਛਕ ਸਕਦਾ ਜੀ ਵੱਡਾ ਛੋਟਾ ਸਭ ਇੱਕ ਬਰਾਬਰ ਹੈ ਜੀ ਹਾਂਜੀ ਕੁੱਤਿਆਂ ਦੇ ਬਾਅਦ ਪੰਗਤ ਲੱਗੇ ਜੀ ਕੁੱਤੇ ਤਾਂ ਦੇਖੋ 35-40 ਹੈਗੇ ਆ ਵੱਧਦੇ ਘੱਟਦੇ ਰਹਾਂ ਜੀ ਕਦੇ ਕੁਛ ਆਲੇ ਦੁਆਲੇ ਵੜ ਗਏ ਕੁਛ ਪਿੰਡਾਂ ਵੜ ਗਏ ਕਦੀ ਇਕੱਠੇ ਹੋ ਗਏ ਜੀ ਇਸ ਤਰ੍ਹਾਂ ਘੱਟਦੇ ਵੱਧਦੇ ਰਹਾਂਗੇ ਕੁੱਤੇ ਇੱਥੇ ਹਰ ਰੋਜ਼ ਲੰਗਰ ਲਗਾਇਆ ਜਾਂਦਾ ਹੈ ਜਿਸ ਦੀ ਸੇਵਾ ਪਿੰਡ ਵਾਸੀਆਂ ਜਾਂ ਦੂਰੋਂ ਨੇੜਿਓਂ ਆਈਆਂ ਸੰਗਤਾਂ ਨਿਭਾਉਂਦੀਆਂ ਹਨ ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਡੇਰੇ ਦੇ ਕੁੱਤਿਆਂ ਨੂੰ ਭੋਜਨ ਕਰਵਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਸੰਗਤ ਨੂੰ ਲੰਗਰ ਛਕਾਇਆ ਜਾਂਦਾ ਹੈ ਪਿੰਡ ਲੋਕ ਦੀ ਵੀ ਇਸ ਡੇਰੇ ਵਿੱਚ ਪੂਰੀ ਸ਼ਰਧਾ ਹੈ ਇਹਦਾ ਨਾਮ ਦੱਸਦੀ ਵੀ ਉਹ ਜਿਹੜੀ ਵੀ ਜ਼ਮੀਨ ਹੈ ਇਸ ਕੀ 30 ਕਿੱਲੇ ਹੈ ਤੇ ਡੇਰੇ ਕੇ ਅੰਦਰ ਹੈ 7 ਕਿੱਲੇ ਪੌਣੇ 7 ਕਹਿੰਦੇ ਕੋਈ 7 ਕਹਿੰਦੇ ਵੀ ਗਾਉਂ ਦੇ ਅੰਦਰ ਕਿਸੇ ਜ਼ਿਮੀਦਾਰ ਕੇ ਦਾਨ ਕਰੇ ਵੇ ਇਹਨਾਂ ਦੇ ਨਾਮ ਹੈ ਇਹ ਦਰਵੇਸ਼ਾਂ ਦਾ ਉਹਨਾਂ ਨੇ ਕਿਹਾ ਵੀ ਮਾੜਾ ਕਿਹੜਾ ਧੀ ਪੁੱਤ ਹੈ ਕਿਸੇ ਨੂੰ ਦੇਣਾ ਖਬਰ ਕਿਹੋ ਜਿਹਾ ਫੱਕਰ ਆਵੇ ਕੋਈ ਵੇਚ ਕੇ ਚਲੇ ਜਾਏ
ਇਹ ਸਿੱਧਾ ਨਾ ਪਹਿਲੀ ਚਿਰਕਾ ਕੁੱਤਿਆਂ ਕੇ ਨੌ ਕਰਿਆ ਵਾ ਵੀ ਦਰਵੇਸ਼ ਹੈ ਇੱਥੇ ਕੋਈ ਬੈਠਾ ਆਪਣਾ ਖਰਚਾ ਚਲਾਵੇ ਚਾਹੇ ਉਹ ਭੁੱਖਾ ਮਰੇ ਇਹਨਾਂ ਨੂੰ ਜ਼ਰੂਰ ਭੋਜਨ ਚਲੇਗਾ ਚਾਹੇ ਵਿਆਜ ਬਲਿਆ ਜੋ ਮਰਜ਼ੀ ਕਰ ਠੇਕੇ ਵਰਦੇ ਘਰ ਦੀ ਕਰ ਇਹ ਦਰਵੇਸਾਂ ਦੇ ਨਾਂ ਹੀ ਸੀ ਕਰਕੇ ਚੱਲ ਜਾ ਭੋਜਨ ਇੱਕ ਸਾਰ ਮਿਲੇਗਾ ਮਹੰਤ ਤੇ ਲੈ ਗਿਆ ਘ੍ਰਿਸ਼ਤੀ ਨੂੰ ਵੀ ਸਾਧ ਨੂੰ ਵੀ ਕੁੱਤਿਆਂ ਨੂੰ ਪਹਿਲਾਂ ਰਾਤ ਨੂੰ 9 ਵਜੇ 12:30 ਦੇ ਪਿੱਛੇ ਪਿੱਛੇ ਜਦ ਮਰਜ਼ੀ ਕਰਦੇ ਨੇ ਦੁਪਹਿਰੇ ਨੂੰ ਇਹ ਹਰੋ ਹਰੀ ਕਰਕੇ ਉਹਨਾਂ ਨੂੰ ਭੋਜਨ ਦੇ ਕੇ ਫਿਰ ਮਿਲੇਗਾ ਆਪਾਂ ਨੂੰ।